ਇਟਲੀ ਚ ਪੰਜਾਬੀ ਨੌਜਵਾਨ ਦੀ ਹੋਈ ਮੌਤ। ਪਰਿਵਾਰ ਨੂੰ 2 ਮਹੀਨੇ ਬਾਅਦ ਮਿਲੀ ਜਾਣਕਾਰੀ। ਆਖਰੀ ਵਾਰ ਆਪਣੇ ਪੁੱਤ ਨੂੰ ਵੇਖ ਵੀ ਨਹੀਂ ਪਾਈ ਮਾਂ। ਇਟਲੀ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪਰਿਵਾਰ ਨੂੰ ਇਸ ਦੀ ਜਾਣਕਾਰੀ 2 ਮਹੀਨੇ ਬਾਅਦ ਲੱਗਦੀ ਹੈ, ਉਹ ਵੀ ਸੋਸ਼ਲ ਮੀਡੀਆ ਰਾਹੀਂ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ। ਤਾਂ ਦੱਸ ਦਈਏ ਕਿ ਇਹ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਇਹ ਨੌਜਵਾਨ ਰੋਜ਼ੀ ਰੋਟੀ ਦੇ ਲਈ 5 ਸਾਲ ਪਹਿਲਾਂ ਵਿਦੇਸ਼ ਗਿਆ ਸੀ, ਜਿਸ ਦੇ ਵਿੱਚ 2 ਵਾਰ ਇਹ ਘਰ ਵੀ ਆ ਜਾਂਦਾ। ਇਸ ਸੰਬੰਧੀ ਉਸਦੀ ਮਾਂ ਨੇ ਦੱਸਿਆ ਕਿ ਉਸਦੀ ਆਪਣੇ ਪੁੱਤ ਦੇ ਨਾਲ ਪਿਛਲੇ 2-2.5 ਮਹੀਨਿਆਂ ਤੋਂ ਕੋਈ ਵੀ ਗੱਲ ਨਹੀਂ ਹੋਈ ਸੀ, ਜਿਸ ਨੂੰ ਲੈ ਕੇ ਉਹ ਲਗਾਤਾਰ ਉਸਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਤਾਂ ਫਿਰ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਉਸਦੀ ਮੌਤ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ, ਜਿੱਥੇ ਕਿ ਇੱਕ ਸਮਾਜ ਸੇਵੀ ਸੰਸਥਾ ਨੇ ਉਸਦੀ ਫੋਟੋ ਪਾਈ ਹੋਈ ਸੀ, ਜੋ ਕਿ ਇਸਦੇ ਪਰਿਵਾਰ ਦੀ ਭਾਲ ਕਰ ਰਹੇ ਸੀ। ਤਾਂ 1 ਮਹੀਨਾ ਇੰਤਜ਼ਾਰ ਕਰਨ ਤੋਂ ਬਾਅਦ ਉਹਨਾਂ ਨੇ ਇਸਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ, ਅਤੇ ਇਹ ਲਾਚਾਰ ਮਾਂ ਆਪਣੇ ਪੁੱਤ ਨੂੰ ਆਖਰੀ ਵਾਰ ਵੀ ਵੇਖ ਨਹੀਂ ਸਕੀ, ਜਿਸ ਤੋਂ ਬਾਅਦ ਉਸਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ। ਅਤੇ ਨਾਲ ਹੀ ਉਸ ਵੱਲੋਂ ਮੰਗ ਕੀਤੀ ਗਈ ਕਿ ਉਸਦੇ ਪੁੱਤ ਦੀ ਮੌਤ ਦੇ ਕਾਰਨ ਦਾ ਵੀ ਪਤਾ ਲਗਾਇਆ ਜਾਵੇ। ਬੇਟਾ, ਮੈਨੂੰ ਤੇ ਕੋਈ ਪਤਾ ਨਹੀਂ, ਮੈਨੂੰ ਤੇ ਬੇਟੀ ਆਈ, ਉਹਨੇ ਦੱਸਿਆ, ਮੈਨੂੰ ਤੇ ਪਤਾ ਹੀ ਨਹੀਂ। ਮੈਨੂੰ ਤੇ 4 ਮਹੀਨੇ ਹੋ ਗਏ, ਮੈਨੂੰ ਫੋਨ ਹੀ ਨਹੀਂ ਉਹਦਾ ਆਇਆ, ਨਾ ਮੇਰੇ ਨਾਲ ਗੱਲ ਹੋਈ। ਇੱਕ ਵਾਰੀ ਆਇਆ ਸੀ, ਕਹਿੰਦਾ ਜੀ ਮੈਂ ਮੁੰਡਾ ਵਾਂ ਤੇਰਾ, ਮੈਂ ਮਰ ਨਹੀਂ ਸਕਦਾ, ਤੂੰ ਫਿਕਰ ਨਾ ਕਰਿਆ ਕਰ, ਮੈਂ ਦਿੱਲੀ ਦਾ ਰਾਜਾ ਵਾਂ, ਮੈਂ ਪੱਕਾ ਬੰਦਾ, ਜਦੋਂ ਮਰਜ਼ੀ ਮੈਂ ਆ ਜਾ। ਮੈਂ ਕਿਹਾ ਬੇਟਾ ਤੂੰ ਮੈਨੂੰ ਫੋਨ ਕਰਿਆ ਕਰ, ਮੇਰਾ ਦਿਲ ਬੜਾ ਖੁਸਦਾ। ਤੇ ਕਹਿੰਦਾ ਜੀ ਕੋਈ ਗੱਲ ਨਹੀਂ। ਤੇ ਮੈਨੂੰ ਜਾਣ ਕੇ ਬੇਟੀ ਨੇ ਮੈਨੂੰ ਸਵੇਰੇ ਸੁੱਤੀ ਨੂੰ ਉਠਾਈ ਹੈ, ਮੈਨੂੰ ਕੋਈ ਪਤਾ ਨਹੀਂ। ਉਦਾਂ ਮੈਂ ਪੁੱਛਦੀ, ਮੈਂ ਕਹਿੰਦੀ ਵੋਟੀ ਨੂੰ ਫੋਨ ਫਾਨ ਮੈਂ ਆਉਂਦਾ, ਕਹਿੰਦੀਆਂ ਸੀ ਆਉਂਦਾ ਕਦੀ ਕਦੀ, ਇਹਨਾਂ ਨੇ ਦੱਸਣਾ ਮੈਨੂੰ, ਤੇ ਮੇਰਾ ਦਿਲ ਡੁੱਬਦਾ ਰਹਿੰਦਾ ਹੁੰਦਾ ਸੀ। ਮੈਂ ਕਹਿੰਦੀ ਮੈਨੂੰ ਦੱਸੋ ਮੇਰਾ ਬੱਚਾ ਠੀਕ ਠਾਕ ਉੱਥੇ, ਚੱਲ ਪੈਸਿਆਂ ਦੀ ਤਾਂ ਮੈਨੂੰ ਕੋਈ ਗੱਲ ਨਹੀਂ, ਆਪਾਂ ਅੰਦਰ ਨਹੀਂ ਕਹਿੰਦਾ, ਕਮਾਈ ਕਰਦਾ ਕਿੱਦਾਂ ਕਰਦਾ ਜੋ ਮਰਜ਼ੀ ਕਰਦਾ, ਪਰ ਮੈਨੂੰ ਫੋਨ ਕਰ ਦਿਆ ਕਰ, ਮੈਂ ਠੀਕ ਹਾਂ। ਹੈਂ, ਮੈਂ ਇੱਥੇ ਘਰ ਰਹਿੰਦੀ ਇਕੱਲੀ, ਢੋਲੇ ਮੱਲੇ ਕਰਦੀ ਇਕੱਲੀ, ਕਦੀ ਉੱਧਰ ਕਦੀ ਉੱਧਰ, ਉਹ ਰਿਸ਼ਤੇਦਾਰਾਂ ਦੇ ਵੀ ਜਾਣਾ ਪੈਂਦਾ, ਕਦੀ ਮੈਂ ਚਲ ਜਾਣਾ ਕਦੀ ਆ ਜਾਣਾ। ਤਾਂ ਮੈਨੂੰ ਉਹਦਾ ਫਿਕਰ ਸੀ ਮੈਂ ਬੱਚੇ ਦਾ ਗੱਲ ਹੋ ਜਾਵੇ, 4 ਮਹੀਨੇ ਹੋ ਗਏ ਮੇਰੇ ਨਾਲ ਕੋਈ ਗੱਲ ਨਹੀਂ ਹੋਈ, ਤਾਂ ਫਿਰ ਮੇਰਾ ਦਿਲ ਹੀ ਜਾਣਦਾ, ਤਾਂ ਗੁੰਮਿਆਂ ਤਰ੍ਹਾਂ ਡੁੱਬੀ ਡੁੱਬੀ ਦੇਣਾ, ਇਹਦੇ ਕੋਲ ਜਾਣਾ, ਕੁੜੀ ਕੋਲ ਜਾਣਾ, ਇਹਨੇ ਕਹਿਣਾ ਆਉਂਦਾ ਫੋਨ, ਵੋਟੀ ਨੂੰ ਗੱਲ ਕਰਨੀ ਔਰ ਕਹਿੰਦੀ ਆਉਂਦਾ ਫੋਨ, ਇਹੀ ਹੈਗੇ ਆ, ਤੈਨੂੰ ਕਾਹਦਾ ਫਿਕਰ। ਬਾਹਰ ਹੋ ਗਿਆ ਸੀ, ਇਹਦੇ 'ਚ ਝੋਨਿਆਂ ਦੀ ਝੋਨੇ ਲੱਗਦੇ ਸੀ, ਉਹਦੀ ਜੇਠ 'ਚ, ਜੇਠ 'ਤੇ ਕੀ ਗਿਆ ਸੀ ਨਾ ਉਹਦੇ, ਕਿ 4 ਤਰੀਕ ਉਹਦਾ 5 ਸਾਲ ਹੋ ਗਏ ਨੇ ਉਹਨੂੰ ਗਏ, 5-6 ਸਾਲ ਲੱਗਾ, ਅਤੇ 2 ਵਾਰੀ ਆਇਆ ਉਹ ਛੁੱਟੀ, ਜੋ ਮਰਿਆ ਸੀ ਅਸੀਂ ਨਹੀਂ ਸੀ ਮੰਗਾਇਆ, ਗਿਆ ਸੀ ਛੁੱਟੀ ਕੱਟ ਕੇ। ਅਤੇ ਮੈਂ ਕਿਹਾ ਕਾਕਾ ਜੋ ਅਸੀਂ ਕਰਨੇ ਉਹ ਤੂੰ ਕਰ ਲੈ, ਕੀ ਕਰਨਾ ਤੂੰ ਪੈਸੇ ਕਮਾਉਣ ਗਿਆ ਤਾਂ ਤੂੰ, ਨਾ ਕੋਈ ਗੱਲ ਨਹੀਂ ਮੈਂ ਸਾਰਾ ਕੁਛ ਕਰ ਲਵਾਂਗੀ, ਚਲੋ ਅਸੀਂ ਉਹਦਾ ਭੋਗ ਭਾਗ ਪਵਾਇਆ ਕਰਿਆ। ਹੁਣ ਉਹ ਆਇਆ ਉਹਦੇ 2 ਸਾਲਾਂ ਮਰਨ ਤੋਂ ਬਾਅਦ, 2 ਸਾਲ ਦਾ ਉਹ ਮਰ ਗਿਆ ਅਤੇ 2 ਸਾਲ ਤੋਂ ਬਾਅਦ ਆਇਆ, ਸਾਲ ਹੋ ਗਿਆ, 1 ਸਾਲ ਅਤੇ 4 ਮਹੀਨੇ ਹੋ ਗਏ ਉਹਨੂੰ ਗਏ, ਅਤੇ ਮੈਨੂੰ ਨਹੀਂ ਪਤਾ ਵੀ ਕੀ ਗੱਲ ਹੈ ਕੀ ਬਾਤ ਹੈ, ਅਤੇ ਇਹ ਵੀ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ। ਆਹੋ, ਇਹਨੂੰ ਹੁਣ ਮੈਨੂੰ ਇਹ ਮੈਨੂੰ ਪਤਾ ਲੱਗ ਜਾ ਚੰਗੀ ਤਰ੍ਹਾਂ ਵੀ ਮੇਰਾ ਬੱਚਾ ਉੱਥੇ ਕਿਹੜੇ ਹਿਸਾਬ ਵਿੱਚ ਕੀ ਹਿਸਾਬ ਕਿਤਾਬ। ਜਿਹਨਾਂ ਡੈਥ ਹੋਈ ਕੀ ਲੱਗਦੀ? ਮੇਰੇ ਮਾਮਾ ਜੀ। ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਉਹਨਾਂ ਦੀ ਬਾਹਰ ਡੈਥ ਹੋ ਗਈ? ਕੱਲ੍ਹ ਪਤਾ ਲੱਗਾ ਰਾਤ। ਕਿਸ ਤਰ੍ਹਾਂ ਲੱਗਾ? ਮੰਮੀ ਦਾ ਫੋਨ ਆਇਆ ਜੀ, ਵੀਡੀਓ। ਕੀ ਕਹਿੰਦੇ? ਉਹ ਵੀਰ ਲੱਭਦੇ ਵੀ ਨਹੀਂ ਲੱਭਾ, ਵੀਰ ਉਹਨੇ ਵੀਡੀਓ ਪਾਈ, ਉਹ ਫਿਰ ਉੱਧਰ ਕਹਿੰਦੇ ਫੋਟੋ ਭੇਜੀ, ਕਹਿੰਦੇ ਪੂਰੇ ਹੋ ਗਏ, ਸੰਸਕਾਰ ਵੀ ਹੋ ਗਏ ਇਹਨਾਂ ਦਾ।
ਢਾਈ ਕੁ ਮਹੀਨੇ ਹੋ ਗਏ ਆ। ਢਾਈ ਮਹੀਨੇ? ਹਾਂ, ਦੋ ਢਾਈ ਮਹੀਨੇ ਜੀ। ਸੰਸਕਾਰ ਉੱਥੇ ਕਰਤਾ? ਹਾਂਜੀ, ਉੱਥੇ ਕਰਤਾ। ਹਾਂਜੀ, ਉਹਨਾਂ ਨੇ ਵੀਡੀਓ ਪਾਈ, ਉਹ ਕਹਿੰਦੇ ਸੰਸਕਾਰ ਹੀ ਹੋ ਗਿਆ। ਕਿੰਨਾਂ ਨੇ ਕੀਤਾ ਸੰਸਕਾਰ? ਪਤਾ ਨਹੀਂ ਕਿੰਨੇ ਕੀਤਾ, ਉਹ ਨਹੀਂ ਪਤਾ ਲੱਗਾ ਹੈਗਾ। ਵੀਰ ਜੀ, ਆਪਣੇ ਚਾਚਾ ਜੀ, ਆਪਣੇ ਵੀਰ ਜੀ ਲੱਗਦੇ ਸੀ, ਸਾਡੇ ਚਾਚਾ ਜੀ ਦੇ ਬੇਟੇ ਸੀ, ਅਤੇ ਇਟਲੀ ਗਏ ਸੀ ਆਪਣੀ ਰੋਜ਼ੀ ਰੋਟੀ ਵਾਸਤੇ, ਜਿੱਦਾਂ ਹੁਣ ਪਰਿਵਾਰ ਦੇ ਪਿੱਛੇ ਸਾਡੀ ਚਾਚੀ ਲੱਗਦੀ ਆ, ਠੀਕ ਹੈ ਜੀ। ਅਤੇ ਉਹਨਾਂ ਦੇ ਗਾਂ, ਉਹਨਾਂ ਦੇ ਪੋਤਰੇ ਦੋ, ਇੱਕ ਬੇਟੀ ਹੈ ਪੋਤਰੀ ਅਤੇ ਇੱਕ ਪੋਤਰਾ ਵਾ। ਅਤੇ 5 ਸਾਲ ਹੋ ਗਏ ਸੀ ਸਾਡੇ ਵੀਰ ਜੀ ਨੂੰ ਗਏ ਨੂੰ, ਸਾਡੇ ਚਾਚਾ ਜੀ ਬੇਟੇ ਪਿੱਛੇ ਜੀ ਥੋੜ੍ਹਾ ਸਮਾਂ ਹੀ ਹੋਇਆ ਸਾਡੇ ਚਾਚਾ ਜੀ ਦਾ ਸਵਰਗਵਾਸ ਹੋ ਗਿਆ। ਉਸ ਤੋਂ ਬਾਅਦ ਜਿਹੜਾ ਕਮਾਈ ਦਾ ਜਿਹੜਾ ਸਾਧਨ ਸੀ ਵੀਰ ਜੀ, ਉਹ ਸਾਡੇ ਇਹ ਵੀਰ ਹੀ ਸਾਡੇ ਜਿਹੜੇ ਬਾਹਰ, ਜਿਹੜੇ ਮਨਜੀਤ ਸਿੰਘ ਜੀ, ਜਿਹੜੇ ਆਪਣੀ ਰੋਜ਼ੀ ਰੋਟੀ ਕਮਾਉਣ ਵਾਸਤੇ ਬਾਹਰ ਗਏ ਸੀ। ਅਤੇ ਕਿੱਦਾਂ ਪਤਾ ਲੱਗਾ ਵੀ ਡੈਥ ਹੋਈ ਹੈ? ਪਤਾ ਇੱਦਾਂ ਲੱਗਾ ਜੀ, ਸਾਡੇ ਭੈਣ ਸਾਡੀ ਜਿਹੜੀ ਪਿੰਡ ਹਬੀਬਾਲ ਦੇ ਵਿੱਚ ਵਿਆਹੀ ਹੈ, ਅਤੇ ਉਹਨਾਂ ਨੂੰ ਕੋਈ ਕਿਸੇ ਨੇ ਵੀਡੀਓ ਪਾਈ ਸੀ ਬਾਹਰੋਂ ਟਿਕਟੋਕ 'ਤੇ, ਅਤੇ ਉਦੋਂ ਪਤਾ ਲੱਗਾ ਨਹੀਂ, ਅਤੇ ਦੋ ਮਹੀਨੇ ਸਾਨੂੰ ਕੁਛ ਪਤਾ ਨਹੀਂ ਲੱਗਾ। ਮਤਲਬ ਕਿ ਕਿਸੇ ਨੇ ਫੋਨ ਵੀ ਨਹੀਂ ਕੀਤਾ ਕਿ ਤੁਹਾਡੇ ਭਰਾ ਦਾ ਹਾਲ ਹੈ ਅਤੇ ਇੱਦਾਂ ਹਾਲ ਆ। ਅਤੇ ਬਾਅਦ 'ਚ ਜਦੋਂ ਉਹਨਾਂ ਨੇ ਟਿਕਟੋਕ 'ਤੇ ਜਦੋਂ ਵੀਡੀਓ ਦੇਖੀ ਉਹ, ਅਤੇ ਅਸੀਂ ਵੀ ਹੈਰਾਨ ਰਹਿ ਗਏ, ਵੀਡੀਓ ਦੇਖ ਕੇ ਬਹੁਤ ਦੁੱਖ ਲੱਗਾ। ਅਤੇ ਅੱਜ ਸਾਰੇ ਪਰਿਵਾਰ ਦਾ ਸਹਿਮ ਦਾ ਮਾਹੌਲ ਹੈ, ਇੱਥੇ ਮਹੱਲੇ ਦੇ ਵਿੱਚ ਵੀ, ਸਾਰੇ ਪਿੰਡ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਜਦੋਂ ਸਾਨੂੰ ਪਤਾ ਲੱਗਾ। ਸੰਸਕਾਰ ਉੱਥੇ ਕਰ ਦਿੱਤਾ ਗਿਆ? ਸੰਸਕਾਰ ਤਾਂ ਉਹ ਕਹਿ ਰਹੇ ਨੇ ਸੰਸਕਾਰ ਕਰਤਾ, ਪਰ ਜੋ ਦੇਖਣ 'ਚ ਆ ਰਿਹਾ, ਪਰ ਜਦੋਂ ਤੱਕ ਸਾਡੇ ਅੱਗੇ ਵੀਡੀਓ ਨਹੀਂ ਆਉਂਦੀ ਜਾਂ ਕੋਈ ਫੋਟੋ ਨਹੀਂ ਆਉਂਦੀ, ਫਿਰ ਉਹਨਾਂ ਤੱਕ ਅਸੀਂ ਮੰਨ ਨਹੀਂ ਸਕਦੇ। ਮਤਲਬ ਜਦੋਂ ਕੋਈ ਵੀਡੀਓ ਆਏਗੀ ਸੰਸਕਾਰ ਦੀ ਜਾਂ ਸਾਨੂੰ ਕੋਈ ਫੋਟੋ ਆਏਗੀ, ਫਿਰ ਹੀ ਅਸੀਂ ਮੰਨਾਂਗੇ ਹਾਂ ਵੀ ਸੰਸਕਾਰ ਹੋ ਗਿਆ ਉੱਥੇ ਬਾਹਰ। ਦਿਖਾ ਰਹੇ ਸੀ ਡੈਥ ਹੋਈ ਸੀ? ਹਾਂਜੀ, ਡੈਥ ਹੋਈ ਜੀ, ਤਾਂ ਫੋਟੋ ਚਲੋ ਦਿਖਾ ਰਹੇ, ਪਰ ਸਾਡਾ ਜੋ ਕੋਈ ਯਕੀਨ ਜਾਣੀ ਅਜੇ, ਮਤਲਬ ਯਕੀਨ ਨਹੀਂ ਮੰਨਿਆ ਜਾ ਰਿਹਾ ਕਿ ਮਤਲਬ ਬਾਹਰ ਡੈਥ ਵੀ ਉਹਨਾਂ ਦੀ ਹੋਏਗੀ ਜਾਂ ਕੀ ਹੋਇਆ, ਕੋਈ ਆਪਾਂ ਪੱਕਾ ਨਹੀਂ ਕਹਿ ਸਕਦੇ ਹਜੇ ਉਹਦਾ। ਮੰਗ ਇਹੀ ਕਰਦੇ ਹਾਂ ਜੀ, ਜੋ ਵੀ ਉੱਥੇ ਜਿਹੜਾ ਭਾਣਾ ਵਰਤਿਆ ਉਹ ਸਾਨੂੰ ਦੱਸਿਆ ਜਾਵੇ। ਜਿਹੜੇ ਸਾਡੇ ਪੰਜਾਬੀ ਭਰਾ ਉੱਥੇ ਇਟਲੀ ਦੇ ਵਿੱਚ ਜਾਂ ਕਿਤੇ ਵੀ ਬੈਠੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਜਿੰਨੇ ਵੱਧ ਤੋਂ ਵੱਧ ਇਸ ਪਰਿਵਾਰ ਦੀ ਜਿਹੜੀ ਬਾਂਹ ਫੜੀ ਜਾਵੇ, ਅਤੇ ਜਾਂ ਪਤਾ ਲੱਗੇ ਉਹਨਾਂ ਦਾ ਇਕੱਲਾ ਹੀ ਜਿਹੜਾ ਘਰ ਦਾ ਜਿਹੜਾ ਕਮਾਈ ਦਾ ਸਾਧਨ ਸੀ, ਕੋਈ ਇਕੱਲਾ ਹੀ ਬੇਟਾ ਸੀ ਸਾਡੀ, ਇਹ ਭੈਣ ਹਬੀਬਾਲ ਦੇ ਵਿੱਚ ਵਿਆਹੀ ਆ, ਸਾਡੀ ਚਾਚੀ ਜੀ ਨੇ ਉਹ, ਇਹ ਮੇਰੇ ਮਾਤਾ ਜੀ ਨੇ। ਅਤੇ ਸਾਡੀ ਮੰਗ ਇਹ ਕਿ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਪਰਿਵਾਰ ਦੀ ਜਿਹੜੇ ਜਿੱਦਾਂ ਵੀ ਹੋ ਸਕੇ ਜਿੱਦਾਂ ਨਾਲ ਖੜਨ, ਅਤੇ ਉਹ ਬੱਚੇ ਦਾ ਵੀ ਪਤਾ ਲੱਗੇ ਕਿੱਦਾਂ ਜਿੱਦਾਂ ਡੈਥ ਹੋਈ ਕਿ ਜਾਂ ਕੀ ਭਾਣਾ ਵਰਤਿਆ ਉੱਥੇ, ਸਾਨੂੰ ਕੋਈ ਪੱਕਾ ਅਜੇ ਤੱਕ ਨਹੀਂ ਪਤਾ ਲੱਗਾ।